अज गल साडी आने वाली पीढ़ी आने वाली नस्ल की है, अज गल फसल की नहीं, अज गल नस्ल की है। तो लड़ाई उस तानाशाह सरकार नाल है जिहड़े कहिंदे असीं कदे पिछे नहीं मुड़े, ते अज पंजाब तो शुरुआत हुई है ते पिछे मुड़न लई असीं इन्हां नूं मजबूर करांगे। साडा इतिहास दसदा है ते पिछे असीं वी नहीं कदे मुड़े। यह तो 5 साल तो हो सकता कि पिछे ना मुड़े होण, साडा इतिहास 550 साल का देख लैण, असी किसी अंदोलन तो पिछे नहीं मुड़े। जिथे भी असी अंदोलन लड़े ने असी बिल्कुल बाखूबी जित्तां प्राप्त कीतियां ने। यह अंदोलन हुण एक किसान एक फिरके एक धर्म का अंदोलन नहीं, यह देश व्यापी अंदोलन का रूप धारण कर चुका है। ਸਾਡੇ ਵਿੱਚ ਵਕੀਲ ਭਾਈਚਾਰਾ ਪਹੁੰਚਾ, ਉਹਨਾਂ ਦਾ ਧੰਨਵਾਦ ਹੈ ਇੱਥੇ ਆਉਣ ਤੇ। ਹਰ ਇੱਕ ਵਰਗ ਦਾ ਸਮਰਥਨ ਸਾਨੂੰ ਭਰਪੂਰ ਮਿਲ ਰਿਹਾ। ਹੁਣ ਬਹੁਤੀ ਦੇਰ ਨਹੀਂ, ਮੈਂ ਗੱਲ ਸੁਣ ਰਿਹਾ ਸੀ ਟਿਕੈਤ ਸਾਹਿਬ ਦੀ, ਉਹ ਕਹਿ ਰਹੇ ਸਨ ਕਿ ਹੁਣ ਸਾਡੀ ਮੰਗ ਬਿੱਲ ਵਾਪਸ ਦੀ ਆ, ਬਿੱਲ ਵਾਪਸ ਲਾ ਲਓ, ਕਿਤੇ ਇਹ ਨਾ ਹੋਵੇ ਕਿ ਗੱਦੀ ਵਾਪਸੀ ਦੀ ਗੱਲ ਹੋ ਜਾਏ ਤੇ ਤੁਹਾਨੂੰ ਗੱਦੀਓ ਲਾ ਕੇ ਸਪਰੇ ਕਰਨਾ ਪਵੇ। ਬੇਨਤੀ ਕਰਨੀ ਚਾਹੁੰਦਾ ਲਖਵੀਰ ਸਿੰਘ ਦੀ ਰਾਜੇਵਾਲ ਗਰੁੱਪ ਤੋਂ, ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ, ਜਿਹੜੇ ਵੀ ਮੇਰੇ ਵੀ ਕਾਫਲੇ ਦੇ ਰੂਪ ਵਿੱਚ ਆਉਂਦੇ ਨੇ ਉਹਨਾਂ ਦਾ ਸਵਾਗਤ ਹੈ। ਉਹਨਾਂ ਦਾ ਆਗੂ ਅੱਗੇ ਆਵੇ ਤੇ ਬਾਕੀ ਸਾਰੇ ਉੱਥੇ ਬੈਠਣ ਦੀ ਕਿਰਪਾਲਤਾ ਕਰੋ, ਕਿਉਂਕਿ ਸਟੇਜ ਕਿਸੇ ਇੱਕ ਦੀ ਨਹੀਂ ਹੈ, ਤੁਹਾਡੀ ਆਪਣੀ ਸਟੇਜ ਹੈ। ਇਸ ਨੂੰ ਸਹੀ ਤਰੀਕੇ ਨਾਲ ਚਲਾਉਣਾ ਤੁਸੀਂ ਚਲਾਉਣਾ। ਮੀਡੀਆ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਸਾਡੀ ਸਟੇਜ ਦੇ ਨਾਲ ਵਧੀਆ ਤਰੀਕੇ ਨਾਲ ਚੱਲਣ ਵਿੱਚ ਸਾਡਾ ਸਹਿਯੋਗ ਕਰੋ। ਹੁਣ ਮੈਂ 5 ਮਿੰਟ ਵਾਸਤੇ ਲਖਵੀਰ ਸਿੰਘ ਜੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੋਂ 5 ਮਿੰਟ ਵਾਸਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਸਾਥੀਓ, ਜਿੰਨੀ ਸੰਗਤ ਇਸ ਪੰਡਾਲ ਦੇ ਵਿੱਚ ਹਾਜ਼ਰ ਆ, ਜੇ ਆਪਾਂ ਇੰਨੀ ਜ਼ੋਰ ਨਾਲ ਨਾਰਾ ਲਾਈਏ ਤਾਂ ਦਿੱਲੀ ਦੀਆਂ ਕੰਧਾਂ ਹਿੱਲ ਜਾਣ, ਪਰ ਮੇਰੇ 5 ਵੀਰ ਬੋਲਦੇ ਬਾਕੀ 20 ਬੋਲਦੇ ਨੇ ਹੱਥ ਜੋੜ ਕੇ। ਸਾਰਿਆਂ ਨੂੰ ਬੇਨਤੀ ਆ ਗੱਜ ਵੱਜ ਕੇ ਬਾਹਾਂ ਉੱਚੀਆਂ ਖੜੀਆਂ ਕਰਕੇ ਨਾਰਾ ਲਾਓ। ਦਿੱਲੀ ਦੀ ਸਰਕਾਰ ਨੂੰ ਇਸ ਗੱਲ ਦਾ ਪਤਾ ਲੱਗ ਜਾਏ, ਜਿਸ ਦੀ ਅਗਵਾਈ ਪੰਜਾਬ ਕਰ ਰਿਹਾ ਹੈ, ਪੰਜਾਬ ਕਦੇ ਵੀ ਅੱਜ ਤੱਕ ਪਿੱਛੇ ਨਹੀਂ ਹਟਿਆ ਨਾ ਹਟੇਗਾ। ਜੇ ਕੁਰਬਾਨੀ ਦੇਣੀ ਪਏ, ਇੱਕ ਨਹੀਂ ਲੱਖਾਂ ਕੁਰਬਾਨੀਆਂ ਦੇ ਦੇਵਾਂਗੇ। ਇਸ ਕਰਕੇ ਮੈਂ ਨਾਰਾ ਲਾਉਂਗਾ, ਗੱਜ ਵੱਜ ਕੇ ਨਾਰਾ ਲਾਇਆ ਕਰੋ, ਵਾਹਿਗੁਰੂ ਜੀ ਕਾ ਖਾਲਸਾ। ਅੱਜ ਜੋ ਆਪਾਂ ਨੂੰ ਕਿਸਾਨ ਕਮੇਟੀਆਂ ਵੱਲੋਂ ਆਪਣਾ ਆਰਡਰ ਹੋਇਆ, ਅੱਜ 12 ਵਜੇ ਤੋਂ ਲੈ ਕੇ 3 ਵਜੇ ਤੱਕ ਧਰਨਾ ਲਾ ਕੇ ਸ਼ਾਂਤਮਈ ਤਰੀਕੇ ਦੇ ਨਾਲ ਰਸਤੇ ਰੋਕਣੇ ਹਨ। ਉਸ ਸੰਘਰਸ਼ ਨੂੰ ਅੱਜ ਤੁਸੀਂ ਸਾਰੀ ਹੀ ਸੰਗਤ ਨੇ ਬੜੀ ਚੜ੍ਹਦੀ ਕਲਾ ਦੇ ਵਿੱਚ ਇਕੱਠੇ ਹੋ ਕੇ ਕਰ ਰਹੇ ਹੋ। ਮੈਂ ਇੱਕ ਗੱਲ ਸੁਚੇਤ ਤੋਂ ਆਖਣਾ ਚਾਹੁੰਦਾ ਹਾਂ, ਹੱਥ ਜੋੜ ਕੇ ਖਾਸ ਕਰਕੇ ਆਪਣੇ ਨੌਜਵਾਨ ਜਵਾਨਾਂ ਨੂੰ